सर मेरा इतों कमीज़ फाड़िया तो मेरे पापा जी ने उन्होंने पिछले मैं प्रोटेक्ट करने की कोशिश की, तो सर उन्होंने मेरे इतने मारिया, पता नहीं की मारिया मेरे, मतलब पूरी बाजू से स्वेलिंग, मतलब जिमें कहते हमला किया मेरे पापा के सिर पर। सर मेरे सहुरे जोड़ा बिशन सिंह उन्होंने सर एक मतलब उन्होंने को डंडा सगा बहुत मोटा उन्होंने मारिया तो सर उन्होंने सिर फाड़ता। सर भरजाई मेरी सर उन्होंने फोर्सफुली सर दो जाने ने ठीक है सर छत के उपर सर सुटिया इन्नी जोर से सर उन्होंने सुटिया कि उन्होंने लत जी बुरी तरह टुट चुकी है। हस्पताल च जख्मी हालत दे विच पए यह व्यक्ति एक घरेलू झगड़े का समझौता करवाउण गए सी, जो झगड़े च जख्मी हो गए। इन्हां सब नूं जख्मी करन दे लई एक औरत दे वल्लों अपने ही पति नूं जिम्मेवार दस्सिया जा रहा है अते पति ते हमला करन दे इल्जाम भी लगाए जा रहे ने। मामला हुशियारपुर दी दसूहा तों सामने आया है जिथे एक औरत दे वल्लों अपने ही पति ते परिवार नूं जख्मी करन दे इल्जाम लगाए गए ने अते औरत दा कहना है कि ਉਹਨਾਂ ਦੇ ਪਤੀ ਦੇ ਵੱਲੋਂ ਹੀ ਉਹਨਾਂ ਦੇ ਪਰਿਵਾਰ ਦੇ ਉੱਤੇ ਹਮਲਾ ਕੀਤਾ ਗਿਆ ਹੈ। ਨਾਮ ਰਿੰਪੀ ਬਾਲਾ। ਅੱਜ ਕੀ ਗੱਲ ਹੋਈ ਤੇਰੇ? ਮੇਰੇ ਨਾਲ ਮਤਲਬ ਪੇਰੈਂਟਸ ਮੇਰੇ ਹਸਬੰਡ ਨਾਲ ਮੇਰਾ ਡਿਸਪਿਊਟ ਚੱਲਦਾ ਸੀ ਕਾਫੀ ਦੇਰ ਤੋਂ, ਤੇ ਉਸ ਦੇ ਮਤਲਬ ਸਿਲਸਿਲੇ ਦੇ ਵਿੱਚ ਸਾਨੂੰ ਥਾਣੇ ਵਾਲਿਆਂ ਨੇ ਨਾ ਬੁਲਾਇਆ ਸੀਗਾ। ਕਿਹੜੇ ਥਾਣੇ? ਆਪਣਾ ਥਾਣਾ ਦਸੂਗਾ। ਮੇਰੇ ਪੇਰੈਂਟਸ, ਮੇਰੇ ਮੰਮੀ ਡੈਡੀ, ਮੇਰੀ ਭਾਈ ਤੇ ਮੇਰੇ ਦੋ ਚਾਚਾ ਜੀ ਜਿਹੜੇ ਕਿ ਮਤਲਬ ਓਲਡ ਪਰਸਨ ਆਏ ਸੀ ਕਿ ਇਹਨਾਂ ਦਾ ਬੈਠ ਕੇ ਸਮਝੌਤਾ ਹੋ ਜਾਵੇ। ਤੁਹਾਡੇ ਪੇਕੀ ਪਰਿਵਾਰ ਕਿੱਥੇ ਰਹਿੰਦੇ? ਲੁਧਿਆਣਾ। ਠੀਕ ਹੈ। ਅਤੇ ਸਰ ਸਾਡਾ ਜਿੱਦਾਂ ਕਿਸ ਕਾਰਨ ਜਿਹੜੀ ਦਿਨ ਦੀ ਤਰੀਕ ਸੀਗੀ ਸਰ ਉਹਨਾਂ ਨੇ ਸਾਨੂੰ ਨੈਕਸਟ ਡੇਟ ਦੇ ਦਿੱਤੀ, ਅਤੇ ਸਰ ਇਹ ਲੇਟ ਹੋ ਗਏ, ਇਹਨਾਂ ਨੂੰ ਇੱਥੇ ਕੋਈ ਰਿਲੇਟਿਵ ਨਹੀਂ ਸੀਗਾ, ਤਾਂ ਉਹਨਾਂ ਨੇ ਕਿਹਾ ਤੁਸੀਂ ਰੁਕ ਜਾਓ ਸਵੇਰੇ 8:30 ਵਜੇ ਆ ਜਾਓ। ਸਰ ਉਸ ਸਿਲਸਿਲੇ 'ਚ ਰੁਕੇ ਹੋਏ ਸੀਗੇ ਮੇਰੇ ਮੰਮੀ ਪਾਪਾ ਅਤੇ ਸਰ ਮੇਰੇ ਜਿਹੜੇ ਹਸਬੈਂਡ ਆ ਸਰ ਉਹਨਾਂ ਨੇ ਮਤਲਬ ਜਿੱਦਾਂ ਮੇਰੇ ਮੰਮੀ ਡੈਡੀ ਆਏ ਉਹਨਾਂ ਨੇ ਕਿਹਾ ਕਿ ਇਹ ਇੱਥੇ ਕੀ ਕਰਨ ਆਏ ਨੇ। ਕੀ ਨਾਮ ਹੈ ਹਸਬੈਂਡ ਦਾ? ਗੁਰਦੀਪ ਸਿੰਘ। ਕਿੱਥੋਂ ਦੇ ਰਹਿਣ ਵਾਲੇ? ਉਹ ਝਿੰਗੜ ਖੁਰਦ ਪਿੰਡ ਝਿੰਗੜ ਕਲਾਂ ਇੱਥੇ ਮਤਲਬ ਰਹਿਣ ਵਾਲੇ ਨੇ। ਦਸੂਆ। ਅੱਛਾ, ਕੀ ਹੋਇਆ? ਸਰ ਜਦੋਂ ਉਹਨਾਂ ਨੂੰ ਕਿਹਾ ਕਿ ਮੈਂ ਕਿਹਾ ਵੀ ਇਹ ਹੋਰ ਕਿੱਥੇ ਜਾਣ, ਫਿਰ ਮੈਂ ਥਾਣੇਦਾਰ ਸਾਹਿਬ ਨੂੰ ਫੋਨ ਕੀਤਾ, ASI ਜੱਗਾ ਰਾਮ ਜੀ, ਮੈਂ ਕਿਹਾ ਸਰ ਵੀ ਇੱਦਾਂ ਮੇਰੇ ਮੰਮੀ ਪਾਪਾ ਆਏ, ਉਹ ਕਹਿੰਦੇ ਰੱਖ ਇਹਨਾਂ ਨੂੰ ਇੱਥੇ, ਮੈਂ ਜ਼ਿੰਮੇਵਾਰ ਆ, ਕੁਛ ਨਹੀਂ ਹੁੰਦਾ, ਰਾਤ ਆ ਸਵੇਰੇ ਨਿਕਲ ਜਾਣਗੇ। ਠੀਕ ਹੈ, ਕੋਈ ਨਹੀਂ, ਸਵੇਰੇ ਤੁਹਾਡਾ 9 ਵਜੇ ਦਾ ਟਾਈਮ ਆ ਸਰ, ਅਸੀਂ ਮਤਲਬ ਸੁੱਤੇ ਹਾਂ ਰਾਤ ਨੂੰ। ਸਰ ਉਹਨਾਂ ਨੇ ਬਹਿਸ ਕੀਤੀ, ਅਸੀਂ ਕਿਹਾ ਚਲੋ ਕੋਈ ਨਹੀਂ, ਅਸੀਂ ਮਿੰਟ ਤਾਲਾ ਕੀਤਾ। ਸਰ ਜਿੱਦੀ ਮੋਰਨਿੰਗ ਨਾ ਸਾਡਾ 9:30 ਦਾ ਟਾਈਮ ਸੀਗਾ ਸਰ, 7:15 ਦਾ ਟਾਈਮ ਹੋਏਗਾ, ਮੈਨੂੰ ਯਾਦ ਨਹੀਂ ਆ ਸਰ, ਹਜੇ ਅਸੀਂ ਮਤਲਬ ਰੈਡੀ ਹੋ ਰਹੇ ਸੀਗੇ ਅਤੇ ਮੇਰੇ ਹਸਬੈਂਡ ਨੇ ਨਾ ਇੱਕਦਮ ਮੇਰੇ ਚਾਚਾ ਜੀ ਨਾਲ ਮਤਲਬ ਗਾਲੀ ਗਲੋਚ ਕਰਨਾ ਸ਼ੁਰੂ ਕਰ ਦਿੱਤਾ ਸਰ, ਅਤੇ ਜਿੱਦੀ ਉਹਨਾਂ ਨੇ ਉਹਨਾਂ ਦੇ ਵਾਲ ਪੱਟੇ ਸਰ, ਦਾੜੀ ਫੜੀ, ਅਸੀਂ ਆਪਣਾ ਬਚਾ ਲਈ, ਅਸੀਂ ਸੋਚਿਆ ਕਿ ਚਲੋ ਸਾਡਾ ਜਦੋਂ ਟਾਈਮ ਹੈਗਾ ਅਸੀਂ ਉੱਥੇ ਬੈਠ ਕੇ ਹੀ ਗੱਲ ਕਰਦੇ ਹਾਂ, ਅਤੇ ਸਰ ਅਸੀਂ ਆਪਣੇ ਚਾਚਾ ਜੀ ਨੂੰ ਪੜੋਸੀਆਂ ਦੇ ਘਰ ਭੇਜਤਾ ਉਹਨੂੰ ਕਿ ਸ਼ਾਂਤ ਕਰ ਦਈਏ। ਸਰ ਚਾਚਾ ਜੀ ਪੜੋਸੀਆਂ ਦੇ ਘਰ ਚਲੇ ਗਏ ਸਰ, ਉਸ ਤੋਂ ਬਾਅਦ ਉਹਨੇ ਨਾਲ ਹੀ ਆਪਣੇ ਮਤਲਬ ਪੂਰੇ ਭਰਾਵਾਂ ਨੂੰ, ਆਪਣੇ ਬਾਪ ਨੂੰ ਫੋਨ ਕਰਕੇ। ਕਿੰਨੇ ਜਣੇ ਸੀ, ਕੀ ਕੀ ਨਾਮ ਸੀ? ਦੇਖੋ ਸਰ ਜਿਹੜੇ ਐਗਜੈਕਟਲੀ ਮੈਨੂੰ ਯਾਦ ਨੇ, ਇੱਕ ਮੇਰਾ ਜੇਠ ਪਰਮਜੀਤ ਸਿੰਘ ਸਰ, ਦੇਰ ਗੁਰਜੀਤ ਸਿੰਘ, ਮੇਰਾ ਹਸਬੈਂਡ ਗੁਰਦੀਪ ਸਿੰਘ ਅਤੇ ਮੇਰਾ ਸਹੁਰਾ ਸਰ ਬਿਸ਼ਨ ਸਿੰਘ। ਠੀਕ ਹੈ, ਇੱਕ ਉਹਨਾਂ ਦਾ ਮੇਰੇ ਜੇਠ ਦਾ ਸਰ ਲੜਕਾ ਜਿਹੜਾ ਕਿ ਯੁਵਰਾਜ ਸਿੰਘ ਹੈਰੀ। ਠੀਕ ਹੈ ਸਰ, ਇਹ ਆਏ ਨੇ। ਠੀਕ ਹੈ ਸਰ, ਇੱਕਦਮ ਮਤਲਬ ਉਹਨਾਂ ਨੇ ਫੋਨ ਕਰਕੇ ਬੁਲਾਇਆ, ਇੱਕਦਮ ਸਰ ਉੱਪਰ ਆਏ, ਸਾਨੂੰ ਕੁਛ ਨਹੀਂ ਪਤਾ ਲੱਗਿਆ ਸਰ, ਵਿਹੜੇ 'ਚ ਆ ਕੇ ਸਰ ਇਹਨਾਂ ਨੇ ਗਾਲੀ ਗਲੋਚ ਕਰਨਾ ਸ਼ੁਰੂ ਕਰ ਦਿੱਤਾ ਅਤੇ ਘੜੀਸਦੇ ਹੋਏ ਮੇਰੇ ਚਾਚਾ ਜੀ ਨੂੰ ਅੰਦਰ ਲੈ ਗਏ। ਠੀਕ ਹੈ, ਪਹਿਲਾਂ ਸਰ ਮੇਰੇ ਜੇਠ ਨੇ ਮੇਰੇ 'ਤੇ ਹਮਲਾ ਕੀਤਾ, ਮੇਰੇ ਨਾਲ ਸਰ ਕਮੀਜ਼ ਫਾੜਿਆ, ਸਰ ਮੇਰਾ ਇੱਥੋਂ ਕਮੀਜ਼ ਫਾੜਿਆ ਅਤੇ ਮੇਰੇ ਪਾਪਾ ਜੀ ਨੇ ਉਹਨਾਂ ਨੂੰ ਪਿੱਛੋਂ ਮੈਨੂੰ ਪ੍ਰੋਟੈਕਟ ਕਰਨ ਦੀ ਕੋਸ਼ਿਸ਼ ਕੀਤੀ, ਤਾਂ ਸਰ ਉਹਨਾਂ ਨੇ ਮੇਰੇ ਇੱਥੇ ਮਾਰਿਆ, ਪਤਾ ਨਹੀਂ ਕੀ ਮਾਰਿਆ ਮੇਰੇ, ਮਤਲਬ ਪੂਰੀ ਬਾਜੂ 'ਤੇ ਸਵੈਲਿੰਗ ਆ। ਠੀਕ ਹੈ ਸਰ, ਉਸ ਤੋਂ ਬਾਅਦ ਜਿੱਦੀ ਸਰ ਮੇਰੇ ਮਤਲਬ ਮੈਨੂੰ ਉਹਨਾਂ ਨੇ ਮਾਰਨਾ ਸ਼ੁਰੂ ਕਰਤਾ, ਮੇਰੇ ਵਾਲ ਪੱਟੇ, ਮੇਰੇ ਚਪੇੜਾਂ ਮਾਰੀਆਂ ਸਰ, ਉਸ ਤੋਂ ਬਾਅਦ ਇਹਨਾਂ ਨੇ ਇੱਕ ਤੋਂ ਮਤਲਬ ਸਾਨੂੰ ਕੁਛ ਨਹੀਂ ਪਤਾ ਲੱਗਿਆ ਕਿ ਕਿੰਨੇ ਜਾਣੇ ਸੀ, ਇੱਕਦਮ ਸਰ ਸਾਥੇ ਧਾਵਾ, ਮਤਲਬ ਜਿਵੇਂ ਕਹਿੰਦੇ ਹਮਲਾ ਕੀਤਾ ਮੇਰੇ ਪਾਪਾ ਦੇ ਸਿਰ 'ਤੇ ਸਰ, ਮੇਰੇ ਸਹੁਰੇ ਜਿਹੜਾ ਬਿਸ਼ਨ ਸਿੰਘ ਉਹਨਾਂ ਨੇ ਸਰ ਇੱਕ ਮਤਲਬ ਉਹਨਾਂ ਕੋਲ ਡੰਡਾ ਸੀਗਾ ਬਹੁਤ ਮੋਟਾ ਉਹਨਾਂ ਨੇ ਮਾਰਿਆ ਅਤੇ ਸਰ ਉਹਨਾਂ ਦਾ ਸਿਰ ਫਾੜਤਾ। ਠੀਕ ਹੈ ਸਰ, ਫਿਰ ਸਰ ਕਿੰਨੇ ਜਣੇ ਸੀ ਤੁਹਾਡੇ ਪਰਿਵਾਰ ਜਿਹੜੇ ਟਿੱਕੇ ਪਰਿਵਾਰ ਤੋਂ ਆਏ ਸੀ ਜਿਹਨਾਂ ਦੇ ਹਮਲਾ? ਸਰ ਦੋ ਮੇਰੇ ਚਾਚਾ ਜੀ ਸੀਗੇ। ਠੀਕ ਹੈ ਸਰ, ਇੱਕ ਮੇਰੇ ਫਾਦਰ, ਇੱਕ ਮੇਰੀ ਮਦਰ ਅਤੇ ਇੱਕ ਮੇਰੀ ਭਰਜਾਈ। ਭਰਜਾਈ ਨੂੰ ਕਿੱਦਾਂ ਸੱਟ ਲੱਗੀ? ਸਰ ਭਰਜਾਈ ਮੇਰੀ ਨੂੰ ਸਰ ਉਹਨਾਂ ਨੇ ਫੋਰਸਫੁਲੀ ਸਰ ਦੋ ਜਣਿਆਂ ਨੇ, ਠੀਕ ਹੈ ਸਰ, ਛੱਤ ਦੇ ਉੱਪਰ ਸਰ ਸੁੱਟਿਆ ਇੰਨੀ ਜ਼ੋਰ 'ਤੇ ਸਰ ਉਹਨਾਂ ਨੂੰ ਸੁੱਟਿਆ ਕਿ ਉਹਨਾਂ ਦੀ ਲੱਤ ਜਿਹੜੀ ਆ ਬੁਰੀ ਤਰ੍ਹਾਂ ਟੁੱਟ ਚੁੱਕੀ ਆ, ਔਰ ਸਰ ਫ੍ਰੈਕਚਰ ਮਤਲਬ ਇੰਨਾ ਜ਼ਿਆਦਾ ਕਿ ਪੂਰੀ ਲੱਤ ਟੁੱਟ ਚੁੱਕੀ ਸਰ, ਉਹਨਾਂ ਨੇ ਸਾਨੂੰ ਮਾਰਨ ਦੀ ਕੋਸ਼ਿਸ਼ ਕੀਤੀ। ਕੀ ਮੰਗ ਕਰਦੇ ਹੋ ਪ੍ਰਸ਼ਾਸਨ ਦੀ, ਪੁਲਿਸ ਪ੍ਰਸ਼ਾਸਨ? ਸਰ ਮੈਂ, ਅਸੀਂ ਇਨਸਾਫ ਦੀ ਮੰਗ ਕਰਦੇ ਹਾਂ ਕਿਉਂਕਿ ਸਰ ਅਸੀਂ ਕੱਲ੍ਹ ਦੇ ਹਾਂ, ਕੱਲ੍ਹ ਦੇ ਅਸੀਂ ਸੋਚ ਰਹੇ ਹਾਂ ਕਿ ਅਸੀਂ, ਸਾਡਾ ਇਹ ਸ਼ਹਿਰ ਨਹੀਂ ਆ ਸਰ, ਸਾਨੂੰ ਪ੍ਰੋਟੈਕਸ਼ਨ ਨਹੀਂ ਆ, ਰਾਤੀ ਸਰ ਅਸੀਂ ਇੱਕ ਮਿੰਟ ਨਹੀਂ ਸੁੱਤੇ, ਸਾਨੂੰ ਲੱਗਦਾ ਸੀ ਕਿਉਂਕਿ ਉਹਨਾਂ ਨੇ 3 ਅਰੈਸਟ ਕੀਤੀਆਂ ਨੇ ਪੁਲਿਸ ਨੇ,
सर तीन हजे भी मतलब जेडे मतलब कि घूम रहे हैं दो तीन जेडे कि जिस बच्चों अन्न पछाते हैं सर जी तीन अरैसट की सर सू कि साढ़े दोबारा हमला कर सकते क्योंकि सर उन्होंने सू जान तो मारन की धमकी दी है। उधर इस मामले च पुलिस अधिकारी का कहना है कि इस मामले दे विच परचा दर्ज कर लिया गया है अते तीन व्यक्तियों नू गिरफ्तार भी किया गया है। उन्होंने कहा कि इस मामले दे विच लोड़ींदे बाकी मुलजमां दी भाल जारी है जिन्हां नू जल्द ही गिरफ्तार कर लिया जाएगा। तरीक नू सानू इनफॉर्मेशन जिहड़ी सिविल हस्पताल तों मौसूल होई सी जिस दे विच सोहन सिंह पाल सिंह ते किशन देवी जिन्हां नू सट्टां लगियां सन मदीम कदमा रिंपी बाला पत्नी गुरदीप सिंह वासी धर्मपुर महला दसूर ने जिहड़ा सानू स्टेटमेंट लिखाई थी कि उहदा चाचा उहदी भरजाई ते माता अते होर रिश्तेदार उन्हां दा कोई घरेलू डिस्प्यूट सी जिस दे संबंध विच उह इत्थे आए सी उसदे पति ने ते उसदे फादर मदर चाचा चाची ने उहनां नू उहदे घर आण के सट्टां मारियां उहदे रिश्तेदारां नू जिस दे संबंध में असी मुकदमा नंबर 146 अंडर सैक्शन 323 325 452 जिहड़ा दर्ज रजिस्टर किया जिस दे विच असी तीन दोषी जिहड़े अरैसट कर लए आ बाकी जिहड़े रहिंदे दोषी उह वी असी जल्दी गिरफ्तार कर लवांगे। दस दी कि इस मामले च एक औरत दे वल्लों अपने ही पति ते गंभीर इल्जाम लगाए जा रहे ने जिस तों बाद पुलिस दे वल्लों मामले की जांच डूंघाई दे नाल करन दी गल आखी जा रही है पर इस मामले की असल सच्चाई की है ये तो जांच पूरी होने तो बाद ही पता लगेगा। होशियारपुर तो अमरीक कुमार पंजाबी लोक चैनल।